नवविवाहित गुरसिख दंपति सरदार अनमोल सिंह और बीबा जसमीत कौर ने अपने आनंद कार्य को यादगार बनाने के लिए विवाह की पार्टी व खुशी का समागम गुरुद्वारा दुख निवारण साहिब गुरु तेग बहादुर नगर जालंधर में किया। इस समागम में श्री गुरु नानक देव जी का शुक्राना करते हुए उनके 556वें प्रकाश पूर्व के आगमन पर 556 पौधे और 556 कपड़ों के थैलों का लंगर लगाया गया। तो वहीं नव विवाहित जोड़े के परिवार की ओर से सरदार करणप्रीत सिंह ने अपनी ये इच्छा 13-13 हट्टी के मुख्य सेवादार तरविंदर सिंह रिंकू के साथ साझा की, जिसके बाद परिवार की ये इच्छा 13-13 हट्टी जालंधर और एक जरिया फाउंडेशन के सहयोग से पूर्ण की गई। इस सेवा में 13-13 हट्टी के मुख्य सेवादार तरविंदर सिंह रिंकू, गुरदीप सिंह कारवा, सरबजीत सिंह, प्रवीण सिंह खालसा, यादवीर सिंह, दलजीत सिंह साधु, अमनदीप सिंह, हरतरमन सिंह, मनदीप कौर और अन्य सेवादारों ने इस सेवा में अपना योगदान दिया। तो वहीं इस समागम में शहीद भाई मनी सिंह कीर्तन सेवा सोसाइटी, माता गुजरी सेवा सोसाइटी, श्री गुरु तेग बहादुर जी सेवा सोसाइटी ने अपना सहयोग दिया। इस उत्सव समागम में पूरे पंजाब से धार्मिक और सामाजिक जत्थेबंदियां शामिल हुईं। इस दौरान गतका पार्टी के नौजवानों ने भी अपने जौहर दिखाए। जालंधर से हलचल के लिए कैमरामैन रजनीश शर्मा की रिपोर्ट। वाहेगुरु जी का खालसा, वाहेगुरु जी की फतेह। दैनिक सवेरा का बहुत बहुत धन्यवाद। उसका रीजन की है कि साड़ी जी आवाज़ है कल जंद दब के रह जाती है, ਅਤੇ ਜਿਹੜਾ ਮੀਡੀਆ ਵੈ ਮੀਡੀਆ ਇੱਕ ਇਹੋ ਜਿਹੀ ਆਵਾਜ਼ ਹੈ ਜਿਹੜੀ ਆਵਾਜ਼ ਸਾਡੇ ਜਨਤਾ ਤੋਂ ਪੰਜਾਬ, ਪੰਜਾਬ ਤੋਂ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਵਾਜ਼ ਪਹੁੰਚਾਉਂਦੀ ਹੈ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਡੇ ਵੀਰੇ ਦਾ, ਛੋਟੇ ਵੀਰ ਦਾ ਵਿਆਹ ਸੀ, ਉਹਨਾਂ ਸਾਨੂੰ ਮੈਸੇਜ ਆਇਆ ਸੀਗਾ ਕਿ ਸਾਡੇ ਵਿਆਹ ਨੂੰ ਯਾਦਗਾਰੀ ਬਣਾਉਣ ਦੇ ਬਾਰੇ ਤੁਸੀਂ ਕੁਛ ਕਰੋ। 13-13 ਟੀਮ ਨੇ ਇਹ ਫੈਸਲਾ ਨਾਲ ਰਲ ਕੇ ਸਲਾਹ ਕੀਤੀ ਸੀ ਕਿ ਉਹਨਾਂ ਦੇ ਵਿਆਹ ਦੇ ਸੰਬੰਧ ਵਿੱਚ, ਆਨੰਦ ਕਾਰਜ ਦੇ ਸੰਬੰਧ ਵਿੱਚ, ਸ਼ੁਕਰਾਨੇ ਸਵਾਗਤ ਦੇ ਸੰਬੰਧ ਵਿੱਚ ਅਸੀਂ ਬੂਟੇ ਲਗਾਵਾਂਗੇ। 556 ਬੂਟੇ ਲਗਾਏ ਗਏ ਹਨ ਅਤੇ ਨਾਲ ਅਸੀਂ 556 ਥੈਲੇ ਵੰਡੇ ਗਏ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਜੀ ਗੁਰਦੁਆਰਾ ਰਿਹਾ ਸੀਗਾ, ਆਗਮਪੁਰ ਤੋਂ 556 ਸੀਗਾ, ਤਾਂ ਕਰਕੇ 556 ਬੂਟੇ ਲਗਾਏ ਗਏ ਹਨ। ਉਸ ਤੋਂ ਅਗਲਾ ਸਮਾਗਮ ਤਾਂ ਛੋਟਾ ਦੱਸਦੇ ਹਾਂ, ਕਿਉਂਕਿ ਇਸ ਜਨਤਕ ਸ਼ਹਿਰ ਦੇ ਤੁਹਾਨੂੰ ਪਤਾ ਹੋਣਾ ਕਿ ਬੱਚੇ ਕਲਾਸਾਂ ਪੂਰੀ ਸਟਾਰਟ ਹੋ ਰਹੀਆਂ ਨੇ, ਕਲਾਸਾਂ ਦੇ ਵਿੱਚ ਬੱਚਿਆਂ ਬੁੱਕਸ ਬਹੁਤ ਮਹਿੰਗੇ ਲੈਣੇ ਪੈਂਦੀ ਹੈ। ਅਗਲੀ 7 ਤਰੀਕ ਨੂੰ 10 ਵਜੇ ਲੈ ਕੇ 2 ਵਜੇ ਤੱਕ ਕੈਂਪ ਲੱਗੇਗਾ 13-13 ਹੱਟੇ ਦੇ ਬਾਹਰ, ਅਤੇ ਬੁੱਕਸ ਬਿਲਕੁਲ ਫਰੀ ਦਿੱਤੀ ਜਾਣਗੀਆਂ। ਉਹ ਸਾਰੀ ਸੰਗਤ ਬੇਨਤੀ ਹੈ ਕਿ ਪੈਸੇ ਆਪਣੇ ਘਰ ਦੇ ਵੇਸਟ ਨਾ ਕਰਕੇ ਸੰਗਤ ਪੈਸੇ ਲਓ ਅਤੇ ਸਾਰੇ ਪੈਸੇ ਬਚਾਓ ਸੰਗਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਲਾਇਆ ਦਿਨ ਤੋਂ ਇਹ ਪਿਆਰ ਸੰਜੋਗ, ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ ਸਭ ਤੋਂ ਨਦਰ ਕਰੇ, ਗੁਰੂ ਨੇ ਕਿਰਪਾ ਕੀਤੀ, ਨਦਰ ਕੀਤੀ, ਬਖਸ਼ਿਸ਼ ਕੀਤੀ। ਦੋ ਪਰਿਵਾਰਾਂ ਦਾ ਵਿਰਾਪ ਹੋਇਆ ਹੈ, ਬੱਚਾ ਅਨਮੋਲ ਸਿੰਘ, ਪੁੱਤਰ ਸਰਦਾਰ ਸਤਿੰਦਰ ਸਿੰਘ, ਬੀਬੀ ਜਸਮੀਤ ਕੌਰ, ਸਪੁੱਤਰੀ ਸਰਦਾਰ ਕਰਤਾਰ ਸਿੰਘ ਕੱਕੜ। ਇਹਨਾਂ ਬੱਚਿਆਂ ਨੂੰ ਇਸ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ, ਸਭ ਕੁਛ ਕਿਰਪਾ ਕਰਨ। ਸਾਡੇ ਸਾਰਿਆਂ ਦੀ ਪ੍ਰਬੰਧਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਜਿੰਨੀ ਵੀ ਸਾਧ ਸੰਗਤ ਆਈ ਹੈ, ਸਾਰਿਆਂ ਵੱਲੋਂ ਪਰਿਵਾਰ ਦਾ ਜਿੱਥੇ ਧੰਨਵਾਦ ਹੈ, ਅਤੇ ਸਾਰੀਆਂ ਬੱਚਿਆਂ ਨੂੰ ਇਸ ਸਮੇਂ ਜੋ ਗਿਸ ਜੀਵਨ ਮਿਲਿਆ ਹੈ, ਇਸ ਗਿਸ ਜੀਵਨ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਗੁਰੂ ਸਾਹਿਬ ਆਪਣੀਆਂ ਸਾਰੀਆਂ ਮਿਹਰਾਂ ਬਖਸ਼ਿਆ ਕਰਨ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਗੁਰਸਿੱਖੀ ਜੀਵਨ ਨਾਮ ਦੀ ਗਾਹ ਚੰਗੀ ਗਾਹ ਬਖਸ਼ਣ, ਗਿਸ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਣ, ਔਰ ਪਰਿਵਾਰਾਂ ਦਾ ਆਪਸ ਜਿਹੜਾ ਪਿਆਰ ਪਾਕ ਬਣਿਆ ਹੈ, ਇਸ ਨਿਮ ਕਾਲ ਲਈ ਚੱਲਦਾ ਰਹੇ, ਇਸੇ ਤਰ੍ਹਾਂ ਹੀ ਇੱਕ ਦੂਜੇ ਨਾਲ ਪਿਆਰ ਬਣਿਆ ਰਹੇ। ਸਾਰੇ ਪਰਿਵਾਰ ਨੂੰ, ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹਨ। ਹੁਣ ਬੇਨਤੀ ਹੈ ਕਿ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰਫ ਬਹੁਤ ਬਖਸ਼ਿਸ਼ ਕੀਤਾ ਜਾਣਾ ਹੈ,